ਤੁਹਾਡਾ ਆਪਣੇ ਫੇਸਬੁੱਕ ਪੇਜ 'ਤੇ। ਆ ਜਿਹੜੀ ਗਾਂ ਤੁਸੀਂ ਸਾਹਮਣੇ ਦੇਖ ਰਹੇ ਆ, ਇਹਨੂੰ ਅੱਜ ਤੀਜਾ ਦਿਨ ਹੈ ਫੀਵਰ ਹੋ ਜਾਂਦਾ ਇਹਨੂੰ। ਪਹਿਲਾਂ 2 ਦਿਨ ਕਿਸੇ ਹੋਰ ਡਾਕਟਰ ਨੇ ਟੀਕੇ ਲਾਏ ਸੀਗੇ, ਅੱਜ ਦੇਖਿਆ ਤਾਂ ਮੰਨ ਲਓ ਵੈੜ ਨੇ ਅਜੇ ਮਿੱਟੀ ਖਾਣੀ ਤਾਂ ਚਲੋ ਨਹੀਂ ਸ਼ੁਰੂ ਕੀਤੀ, ਪਰ ਇਹਨੂੰ ਥਲੇਰੀਆ ਹੋ ਚੁੱਕਿਆ। ਥਲੇਰੀਆ ਦਾ ਪਤਾ ਇੱਥੋਂ ਲੱਗਦਾ, ਅਤੇ ਤੁਸੀਂ ਦੇਖ ਸਕਦੇ ਹਾਂ ਇੱਥੋਂ ਬਾਹੂ ਫੜਨਾ ਗਾਂ ਦਾ। ਆਹ ਦੇਖੋ ਆਹ ਗੰਢ, ਆਹ ਥਲੇਰੀਆ। ਪਸ਼ੂ ਮਿੱਟੀ ਖਾਣੀ ਸ਼ੁਰੂ ਕਰ ਦੂਗਾ, ਠੀਕ ਹੈ। ਅੱਖਾਂ ਦੇਖੋਗੇ ਤਾਂ ਚਿੱਟੀਆਂ ਹੋ ਜਾਣਗੀਆਂ, ਖੂਨ ਦੀ ਕਮੀ ਆ ਜਾਂਦੀ ਹੈ ਨਾ ਥਲੇਰੀਏ ਨਾਲ। ਅਤੇ ਬਸ ਇਹ 'ਚ ਤੁਸੀਂ ਇਹ ਚੀਜ਼ ਦਾ ਜ਼ਰੂਰ ਧਿਆਨ ਦਿਓ, ਜੇ 2-3 ਦਿਨ ਬੁਖਾਰ ਨਹੀਂ ਟੁੱਟਦਾ ਪਸ਼ੂ ਦਾ, ਤਾਂ ਆਪਦੇ ਡਾਕਟਰ ਤੋਂ ਰਾਏ ਲੈ ਕੇ ਚੈੱਕ ਕਰਾ ਕੇ ਤਾਂ ਥਲੇਰੀਏ ਦਾ ਧਿਆਨ ਦਿਓ। ਇਹ 'ਚ ਪਸ਼ੂ ਮਿੱਟੀ ਖਾਣੀ ਸ਼ੁਰੂ ਕਰ ਦਿੰਦਾ, ਅਤੇ ਜਦੋਂ ਜ਼ਿਆਦਾ ਵੀਕ ਹੋ ਜਾਵੇ 2.5-3 ਗ੍ਰਾਮ ਖੂਨ ਰਹਿ ਜਾਵੇ, ਫਿਰ ਇਹਦਾ ਹੱਲ ਹੈ ਵੀ ਨਹੀਂ ਕੋਈ। ਅਤੇ ਧਿਆਨ ਰੱਖਿਆ ਕਰੋ ਇਹ ਚੀਜ਼ ਦਾ, ਜੇ ਪਸ਼ੂ ਮਿੱਟੀ ਖਾਂਦਾ, ਜ਼ਰੂਰੀ ਨਹੀਂ ਕਹੀ ਆਪਾਂ ਸੋਚ ਲੈਂਦੇ ਫਿਰ ਮੁਲਾਪਾਂ ਕਰਕੇ ਖਾਂਦਾ, ਅਤੇ ਜੇ ਪਸ਼ੂ ਪੱਠੇ ਵੀ ਘਟਾ ਗਏ ਮਿੱਟੀ ਖਾਂਦਾ, ਤਾਂ ਧਿਆਨ ਰੱਖਿਓ ਵੀ ਇਹ ਥਲੇਰੀਆ। ਇਹਦਾ ਟ੍ਰੀਟਮੈਂਟ ਦੇਖੋ, ਆ ਨੱਕ ਤੋਂ ਲਾਲਾਂ ਸਿੱਟੀ ਜਾਂਦੀ, ਅੱਜ ਵੀ ਫੀਵਰ ਹੈਗਾ ਇਹਨੂੰ ਤੀਜਾ ਦਿਨ। ਅਤੇ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖੋ ਤੁਸੀਂ, ਅਤੇ ਚਿੱਚੜਾਂ ਤੋਂ ਬਚਾ ਕੇ ਰੱਖੋ। ਮੇਨ ਸਾਰੀਆਂ ਜਿਹੜੀਆਂ ਬਿਮਾਰੀਆਂ ਨਾ ਚਿੱਚੜਾਂ ਤੋਂ ਲੱਗਦੀਆਂ ਪਸ਼ੂ ਨੂੰ। ਚਿੱਚੜਾਂ ਵਾਸਤੇ ਤੁਸੀਂ ਟੀਕੇ ਵੀ ਇੰਜੈਕਸ਼ਨ ਵੀ ਵਰਤ ਸਕਦੇ ਹਾਂ, ਅਤੇ ਦਵਾਈਆਂ ਵੀ ਤੁਹਾਨੂੰ ਪਤਾ ਬਹੁਤ ਆਉਂਦੀਆਂ। ਚਿੱਚੜਾਂ ਤੋਂ ਬਹੁਤ ਬਿਮਾਰੀਆਂ ਲੱਗਣੀਆਂ, ਮੈਲਾ ਮੂਤ ਜਾਣਾ ਪਸ਼ੂ ਨੇ। ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ ਜੀ। ਵੀਡੀਓ ਚੰਗੀ ਲੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਜਾਂ ਜੋ ਕਿਸੇ ਨੂੰ ਪਤਾ ਲੱਗ ਸਕੇ। ਨਵੇਂ ਬੰਦੇ ਆ ਜਿਹੜੇ, ਕਈ ਵਾਰੀ ਨਹੀਂ ਕਲੀਅਰ ਹੁੰਦਾ, ਚਲੋ ਪਤਾ ਨਹੀਂ ਲੱਗਦਾ ਤਾਂ ਪਸ਼ੂ ਐਂ ਡੈਥ ਹੋ ਜਾਂਦੀ ਹੈ ਪਸ਼ੂ ਦੀ। ਇਹ ਬਹੁਤ ਮਾੜੀ ਬਿਮਾਰੀ ਹੈ ਜਿਹੜੀ ਥਲੇਰੀਆ, ਪਸ਼ੂ ਦੇ ਗਲ 'ਚ ਗੰਢਾਂ ਹੋ ਜਾਂਦੀਆਂ। ਧੰਨਵਾਦ ਜੀ।